सतबीर सिंह जिहड़ा है ये लॉरेंस गैंग दे विच और गोल्डी ब्राड दे लई काम कर रहा सी। सो 19 तारीख नूं 19 मई नूं जा करके बठिंडा दे कोलों एक फॉर्चूनर सवार व्यक्तियों नूं कुछ हथियार डिलीवर किए गए और उहदे वल्लों हथियार गोल्डी ब्राड दे कहण ते मोगा दे नेड़ियों जिहड़े पिकअप किए गए। जिहड़ी तारीख नूं इन्हां वल्लों हथियार डिलीवर किए गए हैं उस तारीख नूं उस गड्डी दे विच 3 शख्स होर सवार सी सतबीर सिंह दे नाल। मरहूम पंजाबी गायक सिद्धू मूसेवाले दे कतल मामले च लुधियाना दी पुलिस ने वड्डी सफलता हासिल कीती है। पुलिस ने सिद्धू मूसेवाला कतलकांड दे विच हथियार सप्लाई करन वाले व्यक्ति नूं फॉर्चूनर कार समेत गिरफ्तार कीता है। फड़े गए मुलजम दी पहचान सतवीर सिंह वजो हुई है। इस व्यक्ति तो हथियार भी बरामद किए गए ने जिथे एक दोषी नूं गिरफ्तार कर लिया गया अते 3 हले भी फरार ने। थोड़ा समय पहले असी बलदेव चौधरी नाम के एक शख्स को गिरफ्तार किया सी जिहड़े कोलों 2 वैपन रिकवर हुए सी और उहदी पुछगिछ विच इह चीज़ सामने आई कि उहदे वल्लों 19 तारीख नूं 19 मई नूं जा करके बठिंडा दे कोलों एक फॉर्चूनर सवार व्यक्तियों नूं कुछ हथियार डिलीवर किए गए और उहदे वल्लों हथियार गोल्डी ब्राड दे कहण ते मोगा दे नेड़ियों ਜਿਹੜੇ ਪਿਕਅਪ ਕੀਤੇ ਗਏ ਸੀ ਔਰ ਉੱਥੇ ਉਹਦੇ ਬਾਅਦ ਜਾ ਕਰਕੇ ਬਠਿੰਡਾ ਦੇ ਕੋਲ ਇੱਕ ਪੈਟਰੋਲ ਪੰਪ ਤੇ ਦਿੱਤੇ ਗਏ ਸੀ। ਇਸੇ ਕੜੀ ਦੇ ਵਿੱਚ ਅੱਜ ਅਸੀਂ ਇੱਕ ਸਤਬੀਰ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸਤਬੀਰ ਸਿੰਘ ਜਿਹੜਾ ਹੈ ਇਹਦੇ ਵਿੱਚ ਇਹ ਪਾਇਆ ਗਿਆ ਹੈ ਕਿ ਉਸ ਦਿਨ ਜਿਹੜੀ ਇਹ ਫਾਰਚੂਨਰ ਗੱਡੀ ਉੱਥੇ ਜੋ ਡਰਾਈਵ ਕਰ ਰਿਹਾ ਸੀ ਔਰ ਜੋ ਲੈ ਕਰਕੇ ਗਿਆ ਸੀ ਇਹਦੀ ਓਨਰਸ਼ਿਪ ਵਿੱਚ ਹੈ। ਔਰ ਸਤਬੀਰ ਸਿੰਘ ਜਿਹੜਾ ਹੈ ਇੱਕ ਪਿੰਡ ਜਿਹੜਾ ਹੈ ਅਜਨਾਲੇ ਦਾ ਉਹਦਾ ਰਹਿਣ ਵਾਲਾ ਪਾਇਆ ਗਿਆ ਹੈ ਔਰ ਇਹ ਘੋੜਿਆਂ ਦਾ ਕੰਮ ਕਰਦਾ ਹੈ। ਇਹਦੇ ਅੱਗੇ ਲਿੰਕਸ ਇੱਕ ਸੰਦੀਪ ਸਿੰਘ ਕਾਲੋ ਅਤੇ ਇੱਕ ਰਣਜੀਤ ਸਿੰਘ ਨਾਲ ਪਾਏ ਗਏ ਨੇ ਜਿਹੜੇ ਕਿ ਇਹਨਾਂ ਨੂੰ ਸ਼ੈਲਟਰ ਕਰ ਰਹੇ ਸੀ ਅਤੇ ਇਹਨਾਂ ਨਾਲ ਲਗਾਤਾਰ ਐਕਟਿਵ ਸੀ। ਇਹਨਾਂ ਦੀ ਪੁੱਛਗਿੱਛ ਅਤੇ ਸਤਬੀਰ ਸਿੰਘ ਦੀ ਇਹ ਪਤਾ ਚੱਲਿਆ ਹੈ ਕਿ ਜਿਹੜੀ ਤਾਰੀਖ ਨੂੰ ਇਹਨਾਂ ਵੱਲੋਂ ਹਥਿਆਰ ਡਿਲੀਵਰ ਕੀਤੇ ਗਏ ਹੈ ਉਸ ਤਾਰੀਖ ਨੂੰ ਉਸ ਗੱਡੀ ਦੇ ਵਿੱਚ 3 ਸ਼ਖਸ ਹੋਰ ਸਵਾਰ ਸੀ ਸਤਬੀਰ ਸਿੰਘ ਦੇ ਨਾਲ। ਇਹਨਾਂ ਵਿੱਚੋਂ 2 ਦੀ ਪਹਿਚਾਣ ਇਹਦੇ ਵੱਲੋਂ ਇੱਕ ਮਨਦੀਪ ਸਿੰਘ ਤੂਫਾਨ ਜਿਹੜਾ ਕਿ ਪਹਿਲੇ ਹੀ 2-3 ਕੇਸਿਸ ਦੇ ਵਿੱਚ ਵਾਂਟਡ ਹੈ ਇੰਕਲੂਡਿੰਗ ਜਿਹੜਾ ਹੈ ਕੁਝ ਮਰਡਰਸ ਜਿਹੜੇ ਉਸ ਇਲਾਕੇ ਵਿੱਚ ਹੋਏ ਹੈ ਔਰ ਉਹਦੇ ਬਾਅਦ ਇੱਕ ਸ਼ਖਸ ਹੈ ਮਨੀ ਰਈਆ ਇਹ ਦੋਨੋਂ ਜਿਹੜੇ ਇਹਦੇ ਨਾਲ ਸ਼ਾਮਿਲ ਸੀ ਅਤੇ ਇਹਨਾਂ ਨਾਲ ਇੱਕ ਤੀਜਾ ਸ਼ਖਸ ਵੀ ਅਨਨੋਨ ਸ਼ਾਮਿਲ ਸੀ। ਇਹਨਾਂ ਨੂੰ ਐਡੇ ਵੱਲੋਂ ਉਸ ਦਿਨ ਰਾਤ ਵੇਲੇ ਹਥਿਆਰ ਡਿਲੀਵਰ ਕੀਤੇ ਗਏ। ਇਹਨਾਂ ਦੀ ਪੁੱਛਗਿੱਛ ਦੇ ਬਾਅਦ ਅਸੀਂ ਜਿਹੜਾ ਅੱਗੇ ਜੋ ਕਾਰਵਾਈ ਹੋ ਰਹੀ ਹੈ ਇਸ ਗੈਂਗ ਦੇ ਵਿੱਚ ਅੱਗੇ ਕਰਦੇ ਪਏ ਹਾਂ। ਕੱਲ੍ਹ ਜਦੋਂ ਸਤਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਇੱਕ ਨਜਾਇਜ਼ ਹਥਿਆਰ ਮਿਲਿਆ 315 ਬੋਰ ਸਮੇਤ 2 ਰਾਊਂਡਸ। ਨਹੀਂ ਸਤਬੀਰ ਸਿੰਘ ਜਿਹੜਾ ਹੈ ਇਹ ਲਾਰੈਂਸ ਗੈਂਗ ਦੇ ਵਿੱਚ ਔਰ ਗੋਲਡੀ ਬਰਾਡ ਦੇ ਲਈ ਕੰਮ ਕਰ ਰਿਹਾ ਸੀ ਔਰ ਇਹਨਾਂ ਦੇ ਜਿਹੜੇ ਲਗਾਤਾਰ ਸੰਪਰਕ ਹੈ ਹਾਲੇ ਜਿਹੜੇ 2 ਵਿਅਕਤੀ ਜੋ ਇਸ ਨੂੰ ਓਪਰੇਟ ਕਰਦੇ ਸੀ ਜਿਨ੍ਹਾਂ ਦੇ ਕਹਿਣ 'ਤੇ ਇਹ ਉੱਥੇ ਗਿਆ ਸੀ ਔਰ ਬਾਅਦ ਦੇ ਵਿੱਚ ਉਹਨਾਂ ਨੇ ਹੀ ਇਹਨੂੰ ਫਰਾਰ ਹੋਣ ਲਈ ਸੁਨੇਹਾ ਦਿੱਤਾ ਸੀ ਉਹ ਸਾਰਿਆਂ ਦੀ ਪੁੱਛਗਿੱਛ ਔਰ ਅਰੈਸਟ ਕਰਨ ਲਈ ਅਸੀਂ ਜਿਹੜਾ ਹੈ ਕਾਰਵਾਈ ਕਰ ਰਹੇ ਹਾਂ। ਜੱਗੂ ਭਗਵਾਨਪੁਰੀ ਹੈ ਜਿਹੜਾ ਉਹਦੇ ਨਾਲ ਵੀ ਸੰਬੰਧ ਹੈ? ਇਸ ਗੈਂਗ ਦਾ ਜਿਹੜਾ ਹੈ ਉਹਨਾਂ ਨਾਲ ਸੰਬੰਧ ਹੈ ਔਰ ਡਾਇਰੈਕਟ ਲਿੰਕੇਜਿਸ ਅਗਰ ਕੋਈ ਨਿਕਲਣਗੇ ਤਾਂ ਅਸੀਂ ਜ਼ਰੂਰ ਸਾਹਮਣੇ ਲਿਆ। ਇਹ ਵੀ ਪਤਾ ਲੱਗਿਆ ਕਿ ਵਿਦੇਸ਼ ਭੱਜਣ ਦੀ ਤਿਆਰੀ 'ਚ ਸੀਗੇ? ਇਹ ਚੀਜ਼ ਸਾਹਮਣੇ ਆਈ ਹੈ ਕਿ ਵੀ ਇਹਦੇ ਵੱਲੋਂ ਤਿਆਰੀ ਸੀ ਕਿ ਕਿਸੇ ਵੇਲੇ ਜਿਹੜਾ ਇਹਨੂੰ ਮੌਕਾ ਮਿਲੇ ਤਾਂ ਵਿਦੇਸ਼ ਇੱਥੋਂ ਨਿਕਲ ਜਾਵੇ। ਸਰ 10 ਲੱਖ ਰੁਪਈਆ ਪਤਾ ਲੱਗਿਆ ਦਿੱਤਾ ਸੀ ਕਿ ਪਾਸਪੋਰਟ ਜਾਲੀ ਬਣਾਉਣ ਵਾਸਤੇ। ਨਹੀਂ, ਇਸ ਚੀਜ਼ ਦੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਔਰ ਇਹ ਚੀਜ਼ ਜ਼ਰੂਰ ਸਾਹਮਣੇ ਆਈ ਕਿ ਜਿਹੜਾ ਇਹ ਬੰਦਾ ਜਿਹੜਾ ਬਾਹਰ ਭੱਜਣ ਦੀ ਤਿਆਰੀ ਵਿੱਚ ਸੀ। ਦੱਸ ਦੇ ਕਿ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੈਟਰੋਲ ਪੰਪ ਤੇ ਫਾਰਚੂਨਰ ਗੱਡੀ ਦੇ ਵਿੱਚ ਪੈਟਰੋਲ ਪਵਾਉਂਦੀ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ। ਵਾਇਰਲ ਫੁਟੇਜ ਦੇ ਵਿੱਚ ਸਤਵੀਰ ਸਿੰਘ ਵੀ ਸ਼ਾਮਲ ਸੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਦੀ ਭਾਲ ਲਈ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।